are watching Channel Y. Channel Y, a South Asian Canadian channel. ਉੱਥੇ ਹੀ ਜੇਲ੍ਹ ਦੇ ਸੁਪਰੀਡੈਂਟ ਬਲਕਾਰ ਸਿੰਘ ਭੁੱਲਰ ਨੇ ਮਹਿੰਦਰ ਬਿੱਟੂ ਦੇ ਕਤਲ ਦੀ ਸਾਰੀ ਕਹਾਣੀ ਦੱਸੀ ਕਿ ਕਿਵੇਂ ਉਸ ਦਾ ਕਤਲ ਕੀਤਾ ਗਿਆ। ਇਹ ਕੋਈ 5:15 ਤੇ ਮੈਨੂੰ 25 ਤੇ ਇਹਨਾਂ ਨੇ ਫੋਨ ਕੀਤਾ। ਮੈਂ ਆਪਣੀ ਰੈਜੀਡੈਂਸ 'ਤੇ ਸੀ ਪੁੱਛੇ ਅਤੇ ਮੈਨੂੰ ਡਿਪਟੀ ਸਾਹਿਬ ਦਾ ਫੋਨ ਗਿਆ ਅਤੇ ਮੈਂ ਵੀ ਜਿੱਥੇ ਇੱਥੇ ਆਇਆ। ਇਹਨਾਂ ਮੈਨੂੰ ਦੱਸਿਆ ਕਿ ਮੌਕਾ ਵੇਖਿਆ ਕਿ ਮਹਿੰਦਰਪਾਲ ਸਿੰਘ ਜਿਹੜਾ ਹਵਾਲਾਤੀ ਆ ਉੱਥੇ ਇੱਕ ਕੈਦੀ ਅਤੇ ਇੱਕ ਹਵਾਲਾਤੀ ਦੋ ਬੰਦੀਆਂ ਨੇ ਅਟੈਕ ਕੀਤਾ। ਉਹਨੂੰ ਮੇਰੇ ਆਉਣ ਤੋਂ ਪਹਿਲਾਂ ਇਹ ਆਪਣੇ ਜੇਲ੍ਹ ਹੋਸਪਿਟਲ 'ਚ ਲਾਇਆ ਸੀ। ਇਹਨੂੰ ਤੁਰੰਤ ਉੱਥੋਂ ਫਸਟ ਏਡ ਦੇ ਕੇ ਅਤੇ ਅਸੀਂ ਜਿਹੜਾ ਹੈਗਾ ਡਾਕਟਰ ਸਾਹਿਬ ਨੂੰ ਰੈਫਰ ਕਰਕੇ ਸਿਵਲ ਹੋਸਪਿਟਲ ਨਾਭਾ ਭੇਜਤਾ, ਜਿੱਥੇ ਉਹਨੂੰ ਡਾਕਟਰਾਂ ਨੇ ਮਿਲ ਚੁੱਕ ਲਾਂ ਤਾ ਅਤੇ ਉਹਦਾ ਹੁਣ ਪੋਸਟਮਾਰਟਮ ਹੋ ਰਿਹਾ ਹੈ ਅਗਲੀ ਕਾਰ। ਸਰ ਉਹ ਲੱਗ ਬੈਰਕ 'ਚ ਨਹੀਂ ਰਹਿ ਰਹੇ ਸੀ, ਕਤਲ ਹੋਇਆ ਸੀ ਸਰ, ਉਸਨੂੰ ਹੋਰ ਕੈਦੀਆਂ ਜਾਂ ਜੇਲ੍ਹ ਦੇ ਪ੍ਰਸ਼ਾਸਨ ਨੇ ਕਿਉਂ ਨਹੀਂ ਬਚਾਇਆ? ਬਿਲਕੁਲ ਕਲੋਰ ਸੀ ਜੀ, ਸਾਡੇ 2-3 ਕਰਮਚਾਰੀ ਕੋਲ ਸਨ, ਕਰਮਚਾਰੀਆਂ ਨੇ ਹੀ ਬਚਾਇਆ ਜੀ। ਕਰਮਚਾਰੀਆਂ ਨੇ ਜੱਫਾ ਮਾਰ ਕੇ ਉਹਨਾਂ ਨੂੰ ਫੜਿਆ ਔਰ ਪੂਰੀ ਕੋਸ਼ਿਸ਼ ਕਰਕੇ ਉਹਨਾਂ ਨੂੰ ਹਟਾਇਆ। ਉਹਨਾਂ ਕੋਲ ਜਿਹੜਾ ਉਹਨਾਂ ਦਾ ਰਾੜ ਸੀ ਉਹ ਖੋਹ ਕੇ ਅਤੇ ਜਿਹੜਾ ਹੈਗਾ ਉਹਨਾਂ ਨੂੰ ਫੇਰ ਹੋਸਪਿਟਲ 'ਚ ਲੈ ਕੇ ਗਿਆ। ਰਾੜ ਜਿਹੜੀ ਹੈ ਜੀ ਸਾਡੀਆਂ ਸੈੱਲ ਬਲੋਕ ਦੇ ਵਿੱਚ ਰਾੜਾਂ ਸਭ ਲੱਗੀਆਂ ਹੋਈਆਂ ਨੇ। ਉਹਨਾਂ ਰਾੜਾਂ ਦੇ ਵਿੱਚ ਉਹਨਾਂ 2 ਰਾੜਾਂ ਤੋੜੀਆਂ ਨੇ ਪਲੱਕ ਕੀਤੀ। ਨਹੀਂ ਉਹਨਾਂ ਦੀ ਪਹਿਲਾਂ ਦੀ ਪਲੈਨਿੰਗ ਦੀ ਮਾਰਨ ਦੀ ਜੀ ਕੋਈ ਇਹ ਨਹੀਂ, ਇਹ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ। ਸਰ ਕਾਫੀ ਘੜੀਸਿਆ ਗਿਆ ਜੋ ਜਾਣਕਾਰੀ ਹੈ ਉਸਨੂੰ? ਕੁਛ ਨਹੀਂ ਜੀ, ਕੁਛ ਨਹੀਂ, ਇੱਕਦਮ ਉਹਦੇ ਇੱਕਦਮ ਅਟੈਕ ਕੀਤਾ, ਸਿਰ 'ਤੇ ਹੈੱਡ ਇੰਜਰੀ ਹੋਈ ਆ। ਉਹਨੂੰ ਚੱਕ ਕੇ ਸਾਡੇ ਬੰਦੇ ਲਾਏ, ਉਹ ਬੰਦੇ ਚੱਲੇ। ਕੀ ਕਾਰਵਾਈ ਸਰ ਕੀਤੀ ਮੁਲਾਜ਼ਮ ਜਿਹੜੇ? ਅਸੀਂ ਹੁਣ ਜਿਹੜੇ ਨੇ ਜਿਹੜੇ ਸੰਬੰਧਿਤ ਮੁਲਾਜ਼ਮ ਸੀ ਜਿਨ੍ਹਾਂ ਦੀ ਉੱਥੇ ਡਿਊਟੀ ਸੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਇਮੀਡੀਏਟਲੀ। ਔਰ ਥੋੜਾ ਡਿਟੇਲ, 4 ਬੰਦਿਆਂ ਨੂੰ ਕੀਤਾ ਜੀ, ਇੱਕ ਇੰਚਾਰਜ ਸਹਿਕ ਸੁਬਲ ਨੂੰ ਸਸਪੈਂਡ ਕੀਤਾ, ਇੱਕ ਇੰਚਾਰਜ ਹੌਲਦਾਰ ਜਿਹੜਾ ਮੇਜਰ ਸਿੰਘ ਉਹਨੂੰ ਸਸਪੈਂਡ ਕੀਤਾ, ਇੱਕ ਸਾਡਾ ਜਿਹੜਾ ਕਾਂਸਟੇਬਲ ਸੀ ਉੱਥੇ ਸੰਤਰੀ ਪਰੇ ਉਹਨੂੰ, ਔਰ ਚੌਥਾ ਬੰਦਾ ਪੈਸਕੋ ਦਾ ਜਵਾਨ ਸੀ ਜਿਹੜਾ ਉਹਨੂੰ ਵੀ ਅਸੀਂ ਜਿਹੜਾ ਡਿਊਟੀ ਤੋਂ ਡਿਸਮਿਸ ਕਰ। ਇਹਦੇ ਨਾਲ ਹੀ ਸਰ ਇੱਕ ਜਿੰਮੀ ਨਾਂ ਦਾ ਜਿਹੜਾ ਬੰਦਾ ਸੀਗਾ ਬਿੱਟੂ ਦੇ ਨਾਲ ਹੀ, ਅਤੇ ਉਹਨੂੰ ਕਿਤੇ ਹੋਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤਾਂ ਜਾਂ ਉਹੀ ਰੱਖਿਆ ਗਿਆ? ਨਹੀਂ ਜੀ, ਮੈਂ ਦੱਸ ਨਹੀਂ ਸਕਦਾ। ਮੇਰੇ ਖਿਆਲ 'ਚ ਤਾਂ ਇਹ ਜਿੰਨੇ ਕੁ ਬੰਦੇ ਹੈਗੇ ਨੇ ਇੱਥੇ ਨੇ ਸਾਡੇ ਕੋਲ, 7-8 ਬੰਦੇ ਨੇ, ਉਹਨਾਂ ਦੇ ਵਿੱਚ ਮੈਨੂੰ ਪਾਰਟਿਕੂਲਰ ਹੋਣ ਉਹਦੇ ਬਾਰੇ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।